ਲਾ ਕਾਹਦੇ ਨਾਲ ਰਹੇ ਹਾਂ ਜੀ, ਸੂਆ ਦਾ ਸੁੱਕਿਆ ਪਿਆ ਬੁਰਾ ਹਾਲ ਹੈ। ਗਾਹਾਂ ਸਾਡੇ ਕੋਈ ਮੋਟਰ ਨਹੀਂ ਲੈਣ ਨਹੀਂ ਦੇਣ ਨਹੀਂ, ਸਾਡਾ ਤਾਂ ਬਹੁਤ ਬੁਰਾ ਹਾਲ ਹੋਇਆ। ਫੱਕ ਸਾਡੀ ਪੱਕੀ ਜਾਂਦੀ ਹੈ, ਜੇ ਸੂਏ 'ਚ ਪਾਣੀ ਆਊ ਫਿਰ ਲਾਵਾਂਗੇ। ਮੰਨ ਲਓ ਅਸੀਂ ਲੱਗ ਗਏ ਕਾਹਦੇ ਨਾਲ, ਜੇ ਸੂਏ 'ਚ ਪਾਣੀ ਨਹੀਂ ਗਾ ਜੀ। ਕਿੰਨੇ ਦਿਨ ਹੋ ਗਏ ਬੰਦ ਨੂੰ? ਇਹਨੂੰ ਹੋ ਗਏ ਹੋਣੇ 15 ਤੋਂ 20 ਦਿਨਾਂ ਦੇ ਵਿੱਚ ਹੋ ਗਏ ਜੀ। ਬੰਦ ਕਿਉਂ ਕਰ ਛੱਡਿਆ ਇਹਨਾਂ ਨੇ? ਬੰਦ ਜੀ ਐਸੇ ਤਾਂ ਕਰਕੇ ਕਰਿਆ, ਹੁਣ ਸਫਾਈ ਕਰਨ ਲੱਗ ਗਏ। ਹੁਣ ਸਫਾਈ ਦਾ ਟਾਈਮ ਹੈ ਜੀ, ਪਹਿਲਾਂ ਸਫਾਈ ਨਹੀਂ ਕਰੀ ਜਦੋਂ ਪਹਿਲਾਂ ਪਾਣੀ ਵਾਧੂ ਫਿਰਦਾ ਰਿਹਾ, ਲਾਉਣ ਦੀ ਲੋੜ ਨਹੀਂ ਸਾਨੂੰ। ਮੁਸ਼ਕਲਾਂ ਕੀ ਆ ਰਹੀਆਂ ਜੀ? ਮੁਸ਼ਕਲਾਂ ਆਹੀ ਹੈ ਜੀ, ਹੁਣ ਝੋਨੇ ਦੀ ਫੱਕ ਪੱਕ ਜੂਗੀ ਆ 5-4 ਦਿਨਾਂ ਨੂੰ, ਜਦੋਂ ਮੰਨ ਲਓ ਉਹ ਟਾਈਮ ਟੱਪ ਗਿਆ ਉਹਦਾ। ਮੰਗ ਕੀ ਕਰਦੇ ਹੋ? ਮੰਗ ਇਹਦੇ 'ਚ ਪਾਣੀ ਛੱਡਣਾ ਚਾਹੀਦਾ ਜੀ, ਜਲਦ ਤੋਂ ਜਲਦ, ਨਹੀਂ ਫਿਰ ਸਾਨੂੰ ਕੋਈ ਹੋਰ ਕਰਨਾ ਪਊ। ਧਰਨਾ ਕੱਪਾ ਦੇਵਾਂਗੇ ਅਸੀਂ ਕਿਤੇ ਨਾ ਕਿਤੇ, ਕੋਈ ਤਾਂ ਹੱਲ ਕਰਾਂਗੇ ਅਸੀਂ ਆਪਦਾ, ਤਾਂ ਮਰਦੇ ਹੋਰ ਕੀ ਕਰਾਂਗੇ ਜੀ। ਸਰਕਾਰ ਨੇ ਟਾਈਮ ਦਿੱਤਾ ਸੀ 11 ਤਰੀਕ ਦਾ, ਤੇ ਪਾਣੀ ਨੀ ਛੱਡਦੇ। ਪਾਣੀ ਤੋਂ ਬਿਨਾਂ ਹੁਣ ਝੋਨੇ ਕਾਹਦੇ ਨਾਲ ਲੱਗੇ ਜੀ? ਬਾਕੀ ਫੱਕਾਂ ਬੱਚੀ ਜਾਂਦੀਆਂ ਪਾਣੀ ਤੋਂ ਬਿਨਾਂ ਜੀ, ਘਰਾਂ 'ਚ ਪੀਣ ਵਾਲਾ ਪਾਣੀ ਹੈ ਨੀ, ਤਲਵੰਡੀ ਸਾਬ ਵਿੱਚ ਬੁਰਾ ਹਾਲ ਹੋਇਆ ਪਿਆ ਜੀ ਪਾਣੀ ਦਾ। ਹੁਣ ਸਰਕਾਰ ਇਹ ਆਮ ਸਰਕਾਰ ਪਾਣੀ ਨੀ ਛੱਡਦੀ, ਅਸੀਂ ਜਥੇਬੰਦੀ ਇਹ ਬੰਦੇ ਹਾਂ, ਗ੍ਰਾਹਾਂ ਵੱਤੀ ਜਥੇਬੰਦੀ ਰਹੀ ਇਹਦਾ ਕਰਕੇ ਸੀ ਪਾਣੀ ਦਾ ਕਰਕੇ ਕਹਿੰਦੇ ਇਹ ਹੱਲ ਕਰੇ ਸਰਕਾਰ ਦਾ ਵਾਦਾ। ਕਿੰਨਾ ਕਿੰਨ ਹੋ ਗਏ ਸੂਏ ਸੁੱਕਣ? 15 ਦਿਨ ਹੋ ਗਏ ਜੀ। 15 ਦਿਨ ਹੋ ਗਏ ਆ, 11 ਤਰੀਕ ਦੇ ਦਿੱਤੀ ਜੀ ਅੱਜ, ਪਾਣੀ ਹਜੇ ਸੁੱਚਾ ਆਇਆ ਨੀ ਜੀ। ਤੇ ਮੰਗ ਕੀ ਕਰਨਾ ਚਾਹੁੰਦੇ? ਮੰਗ ਤਾਂ ਜੀ ਇਹੀ ਕਹਿੰਦੇ ਜੀ, ਪਾਣੀ ਛੱਡਣ ਤੋਂ ਛੇਤੀ ਤੋਂ ਛੇਤੀ ਅਸੀਂ ਝੋਨੇ ਲਾਉਣ ਲੱਗੀਏ ਜੀ। ਬਾਕੀ ਘਰਾਂ 'ਚ ਲੋਕਾਂ ਦਾ ਬੁਰਾ ਹਾਲ ਹੋਇਆ ਜੀ, ਪਾਣੀ ਪੀਣ ਮੰਗੀਆਂ। ਹੁਣ ਤਾਕਤ ਸਾਹਿਬ ਤੋਂ ਪਾਣੀ ਲਿਆਉਂਦੇ ਆ ਲੋਕ ਬਾਬੇ ਦੀਪ ਸਿੰਘ ਵਾਲੇ ਖੂਹ ਦਾ, ਤੇ ਪਾਣੀ ਨਹੀਂ ਛੱਡ ਰਹੇ ਜੀ ਇਹ। ਜੇ ਪਾਣੀ ਦਾ ਹੋਊਗਾ ਵਾਟਰ ਪੰਪ 'ਚ ਫਿਰ ਹੀ ਛੱਡਣਗੇ। ਕਿੰਨੇ ਮੁਸ਼ਕਲ ਕਿੰਨੀ ਕਰ ਰਹੇ? ਮੁਸ਼ਕਲ ਬਹੁਤ ਜ਼ਿਆਦਾ ਆਈ ਹੈ ਜੀ, ਕਿਸੇ ਦੇ ਪਾਣੀ ਹੈ ਨਹੀਂ ਘਰਾਂ 'ਚ ਭੋਰਾ ਵੀ। ਕੀ ਕਹਿਣਾ ਚਾਹੁੰਦੇ ਅੱਜ ਦੇਖੋ ਝੋਨੇ ਲਾਉਣ ਦੀ ਸ਼ੁਰੂਆਤ ਸੀ, ਲੋਕ ਕਿਵੇਂ ਝੋਨੇ ਲਾ ਰਹੇ ਆ, ਜਾਂ ਕੀ ਕਹਿਣਾ ਚਾਹੁੰਦੇ ਸੂਏ ਤੇ ਖੜੇ? ਝੋਨੇ ਕਹਿੰਦੇ ਨਾਲ ਲੱਗ ਗਏ, ਪਾਣੀ ਨਹੀਂ ਗਾ, ਪਾਣੀ ਹੁਣ ਲੋੜ ਸੀ ਹੁਣ ਛੱਡਦੇ ਨੀਗੇ। ਜਦੋਂ ਨਹੀਂ ਲੋੜ ਹੁੰਦੀ ਉਦੋਂ ਛੱਡੀ ਰੱਖਦੇ ਆ, ਓਵਰ ਫਲੋ ਚੱਲੀ ਜਾਂਦਾ ਉਦੋਂ ਟੁੱਟ ਜਾਂਦਾ ਗਾ, ਤੇ ਹੁਣ ਲੋੜ ਆ, ਹੁਣ ਸਫਾਈਆਂ ਕਰੀ ਜਾਂਦੇ ਹੈਗੇ। 2-3 ਨੱਕੇ ਹੋਏ ਪਏ ਆ, ਉਹ ਪੱਕੇ ਨੇ, ਵਿੱਚ ਕਰਤਾ ਕੁਛ ਕਰੀ ਜਾਂਦੇ ਹਲੇ, ਥਾਂ ਥਾਂ ਖੰਡਿਆ ਪਿਆ ਹੈਗਾ। 2 ਸਾਲ ਹੋਏ ਬਣੇ ਨੂੰ ਹਲੇ, ਹੁਣ ਸੁੱਕੇ ਨੂੰ ਪਾਣੀ ਨੂੰ? ਸੁੱਕੇ ਨੂੰ ਤਾਂ ਹੋ ਗਏ ਉਹਨੂੰ 15-20 ਦਿਨ ਹੋ ਗਏ। ਵਾਟਰ ਬਾਕਸ 'ਚ ਪਾਣੀ ਨਹੀਂ, ਪੀਣ ਨੂੰ ਪੂਰਾ ਕਿਸੇ ਦੇ ਥਾਰੇ ਲਮਕੀ ਜਾਂਦੇ ਆ, ਗੁਰਦੁਆਰੇ ਚੁੱਲ ਜਾਂਦੇ ਹੈਗੇ। ਇਹ ਬੰਦ ਕਿਉਂ ਕਰ ਛੱਡਿਆ ਇਹਨਾਂ ਨੇ? ਬੰਦ ਹੁਣ ਨੱਕੇ ਹੋਏ ਪਏ ਆ, 2 ਸਾਲ ਮੈਂ ਤੈਨੂੰ ਦੱਸਿਆ ਬਣੇ ਨੂੰ, ਤੇ ਟੁੱਟੇ ਪਏ ਸਾਰੇ, ਹੁਣ ਕੁਛ ਤਾਂ ਨੱਕੇ ਬਣਾਈ ਜਾਂਦੇ ਆ, ਕੁਛ ਸਫਾਈਆਂ ਕਰੀ ਜਾਂਦੇ ਆ। ਹੁਣ ਲੋੜ ਸੀ ਪਾਣੀ ਦੀ, ਝੋਨਾ ਲਾਉਣਾ ਸੀ, ਖੜੇ ਆ ਲੋਕ ਸਾਰੇ, ਪੱਕਾਂ ਵੱਧ ਗਈਆਂ, ਮੁੜ ਕੇ ਫਿਰ ਉਹ ਫੱਕ ਦਾ ਖਰਾਬ ਹੋ ਜੂਗੀ। ਕਿੰਨੀ ਕੁ ਮੁਸ਼ਕਲ ਆ ਰਹੀ ਆ ਲੋਕਾਂ? ਮੁਸ਼ਕਲ ਤਾਂ ਬਥੇਰੀ ਆ ਰਹੀ ਆ, ਹੁਣ ਇੰਨੇ ਪੈਸੇ ਫੱਕਾਂ ਦੇ ਲਾਇਆ, ਉਹ ਐਵੇਂ ਜਾਣੀਆਂ ਪਾਣੀ ਹੁਣ ਹੈ ਨਹੀਂ ਗਾ, ਪਾਣੀ ਥੱਲੜੇ ਪਾਣੀ ਮਾੜੇ ਹੈਗੇ ਇੱਥੇ। ਮੰਗ ਕੀ ਹੈ? ਮੰਗ ਤਾਂ ਇਹੀ ਹੈ ਵੀ ਸੂਆ ਛੱਡਣ, ਇਹੀ ਤੁਛ ਜੀ, ਲਾਈਏ ਝੋਨਾ, ਵਿਹਲੇ ਫਿਰਦੇ ਆ ਇੱਥੇ ਤੁਰੇ। ਤੁਹਾਡਾ? ਬਾਈ ਮੇਰਾ ਨਾਮ ਅਮਨ ਆ ਜੀ, ਵਾਸੀ ਤਲਵੰਡੀ ਸਾਬੋ। ਅਸੀਂ ਇਹੀ ਕਹਿਣਾ ਚਾਹੁੰਦੇ ਜੀ, ਭਗਵੰਤ ਮਾਨ ਸਰਕਾਰ ਨੇ ਇਹ ਕਿਹਾ ਸੀ ਵੀ 11 ਤਰੀਕ ਤੋਂ ਤੁਹਾਡੀ ਬਠਿੰਡੇ ਜ਼ਿਲ੍ਹੇ ਦੀ ਲਵਾਈ ਸ਼ੁਰੂ ਹੈ, ਝੋਨਾ ਲਾਉਣਾ ਸ਼ੁਰੂ ਕਰ ਦਿਉ, ਸੂਹਿਆਂ 'ਚ ਪਾਣੀ ਅੱਜ ਤੱਕ ਹਜੇ ਤਾਂ ਆਇਆ ਨਹੀਂ, ਅਤੇ ਕਦੋਂ ਅਸੀਂ ਝੋਨਾ ਲਾਉਣਾ ਸ਼ੁਰੂ ਕਰ ਗਏ? ਕਿੰਨੀ ਕੁ ਮੁਸ਼ਕਲ ਆ ਰਹੀ ਹੈ? ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ। ਹਾਂਜੀ, 2 ਸਾਲ ਹੋਏ ਜੀ। ਭਾਅ ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਬੂਟਾ ਸਿੰਘ ਉਰਫਾ ਤਾਰੀ ਮਾਨ ਜੱਜਲ ਵਾਲਾ ਕਹਿੰਦੇ ਮੈਨੂੰ। ਪਿੰਡ ਕਿਹੜਾ? ਤਲਵੰਡੀ ਸਾਬੋ ਹੈ ਜੀ। ਕੀ ਕਹਿਣਾ ਚਾਹੁੰਦੇ ਅੱਜ ਦੇਖੋ ਨਰਮੇ ਦਾ ਜਿਹੜਾ ਪੈਲੀ ਦਾ ਸੀਜ਼ਨ ਸ਼ੁਰੂ ਹੋ ਗਿਆ, ਅਤੇ ਤਲਵੰਡੀ ਸਾਬੋ ਦੇ ਵਿੱਚ ਸੂਹਿਆਂ ਦਾ ਕੀ ਕਹਿਣਾ ਚਾਹੁੰਦੇ? ਹਾਲਾਤ ਦੇਖਿਆ ਸੀ? ਹਾਲਾਤ ਆ ਜੀ, ਤੁਸੀਂ ਆਪ ਹੀ ਦੇਖੀ ਉਹਨਾਂ ਸੂਆ ਸੁੱਕਿਆ ਪਿਆ, ਦੇਖ ਲਓ ਮਾੜਾ ਕੈਮਰਾ ਮਾਰ ਕੇ ਦਿਖਾ ਦਿਓ ਇਹਨਾਂ ਨੂੰ, ਆਮ ਜਨਤਾ ਨੂੰ ਦਿਖਾ ਦਿਓ, ਅਤੇ ਆਪਣੇ ਭਗਵੰਤ ਮਾਨ ਦੇ ਤੱਕ ਵੀ ਇਹ ਪਹੁੰਚਣਾ ਚਾਹੀਦਾ ਵੀ ਨਾਲ ਤਾਂ ਕਹਿੰਦਾ ਵੀ ਝੋਨਾ ਤੁਸੀਂ ਸ਼ੁਰੂ ਕਰ ਦਿਓ, ਸੂਏ ਸੁੱਕੇ ਪਏ ਨਾ, ਆਪਣੇ ਪਿੰਡ ਦਾ ਪਾਣੀ ਦਾ ਬੁਰਾ ਹਾਲ ਆ ਗਾ, ਪਿੰਡ 'ਚ ਸੀਵਰੇਜ ਦਾ ਪਾਣੀ ਦਾ ਬਹੁਤ ਬੁਰਾ ਹਾਲ ਆ, ਸੀਵਰੇਜ ਦਾ ਪਾਣੀ ਇਹਦੇ ਨਾਲ ਕਿ ਆਪਣੇ ਪਾਈਪਾਂ ਰਾਹੀਂ ਜਿਹੜਾ ਪੀਂਦੇ ਹਾਂ ਪਾਣੀ ਟੂਟੀਆਂ ਦਾ, ਉਹਦੇ ਵਿੱਚ ਵੀ ਸਾਨੂੰ ਸੀਵਰੇਜ ਦਾ ਪਾਣੀ ਆਉਂਦਾ ਗਾ,
ਤੇ ਜਿਹੜਾ ਪੀਣ ਵਾਲਾ ਪਾਣੀ ਉਹ ਵੀ ਘੱਟ ਛੱਡਦੇ ਨੇ, ਜੇ ਛੱਡਦੇ ਆ ਮੋਟਰਾਂ ਦਾ ਪਾਣੀ ਛੱਡਦੇ ਆ, ਸੂਏ ਦਾ ਪਾਣੀ ਸਾਡੇ ਘਰਾਂ 'ਚ ਨਹੀਂ ਆਉਂਦਾ ਗਾ। ਇਹਦੇ ਕਰਕੇ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਵੀ ਛੇਤੀ ਛੇਤੀ ਸਾਡੇ ਸੂਏ ਛੱਡੇ ਜਾਣ, ਪਾਣੀ ਛੱਡਿਆ ਜਾਵੇ ਸੂਇਆਂ 'ਚ, ਅਤੇ ਜਿਹੜਾ ਕਹਿੰਦਾ ਝੋਨਾ ਲਾਉਣਾ ਗਾ ਅਤੇ ਨਾਲ ਦੀ ਨਾਲ ਸਾਨੂੰ ਇਹਦੇ ਨਾਲ ਕਿ ਜਿਹੜਾ ਸੀਵਰੇਜ ਦਾ ਸਾਡਾ ਮੇਨ ਮੁੱਦਾ ਸੀਵਰੇਜ ਦਾ ਗਾ, ਅਤੇ ਉਹ ਇਹਦੇ ਨਾਲ ਕਿ ਸੀਵਰੇਜ ਦਾ ਜਿਹੜਾ ਪਾਣੀ ਆ ਸਾਨੂੰ ਗੰਦਾ ਟੂਟੀਆਂ ਰਾਹੀਂ ਆਉਂਦਾ ਗਾ, ਅਤੇ ਥਾਂ ਥਾਂ 'ਤੇ ਗਲੀਆਂ 'ਚ ਐਡੇ ਐਡੇ ਚਾਲੇ ਬਣੇ ਪਏ ਆ। ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਦੋਂ ਦਾ ਇੱਕ ਦਿਨ ਵੀ ਸਾਡੇ ਸੀਵਰੇਜ ਦਾ ਹੱਲ ਨਹੀਂ ਹੋਇਆ ਗਾ, ਸਾਡੇ ਸੀਵਰੇਜ ਉਵੇਂ ਦੇ ਭਰੇ ਬਲੋ ਓਵਰਫਲੋਰ ਹੋਏ ਪਏ ਨਾ, ਅਤੇ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂਗੇ ਅਤੇ ਵੀ ਇਹਨਾਂ ਕਿਹਾ ਸਾਡੇ ਸੀਵਰੇਜ ਦਾ ਪ੍ਰਬੰਧ ਕਰੇ ਅਤੇ ਸਾਡੇ ਪੀਣ ਵਾਲਾ ਪਾਣੀ ਪ੍ਰਬੰਧ ਕਰੇ ਅਤੇ ਜਿਹੜੇ ਸੂਏ ਸਾਡੇ ਸੁੱਕੇ ਪਏ ਨਾ ਇਹਨਾਂ ਦਾ ਪ੍ਰਬੰਧ ਕਰੇ, ਵੀ ਇਹਦੇ ਨਾਲ ਕਿਹਾ ਸੂਏ ਸੁੱਕੇ ਆ ਅਤੇ ਸਾਨੂੰ ਮੋਟਰਾਂ ਦਾ ਪਾਣੀ ਪੈ ਜਾਂਦਾ। ਇੱਕ ਪਾਸੇ ਕਹਿੰਦੇ ਵੀ ਧਰਤੀ ਦਾ ਪਾਣੀ ਖਤਮ ਹੁੰਦਾ ਜਾਂਦਾ, ਇੱਕ ਪਾਸੇ ਸੂਏ ਦਾ ਪਾਣੀ ਨਹੀਂ ਛੱਡਦੇ, ਫਿਰ ਅਸੀਂ ਧਰਤੀ ਤੋਂ ਪਾਣੀ ਵਰਤਾਂਗੇ ਨਾ, ਅਤੇ ਫਿਰ ਇਹਦੇ ਹੱਲ ਤਾਂ ਫਿਰ ਤੁਹਾਨੂੰ ਕੀ? ਹਾਂ ਨਹੀਂ ਨੱਕੇ ਨਹੀਂ ਇਹਦੇ ਨਾਲ ਕਿ ਨੱਕੇ ਤਾਂ ਵੀ ਪਹਿਲਾਂ ਪਾਣੀ ਦੀ ਲੋੜ ਨਹੀਂ ਸਾਨੂੰ, ਇੰਨੀ ਲੋੜ ਨਹੀਂ ਸੀ, ਹੁਣ ਸਾਨੂੰ ਲੋੜ ਆ। ਹੁਣ ਝੋਨੇ ਸ਼ੁਰੂ ਹੋ ਗਏ ਸਾਡੇ, ਮੂੰਗੀਆਂ ਪਾਣੀ ਭਾਲਦੀਆਂ, ਮੱਕੀਆਂ ਸਾਡੀਆਂ ਪਾਣੀ ਭਾਲਦੀਆਂ, ਅਤੇ ਇਹਦੇ ਨਾਲ ਕਿ ਅਸੀਂ ਹੁਣ ਕਰਾਹੇ ਲਾਉਣਾ ਆ, ਕਰਾਹ ਲਾ ਕੇ ਪੱਧਰ ਦੇਖਣਾ ਵੀ ਪੱਧਰ ਹੋਇਆ ਕਿ ਨਹੀਂ ਹੋਇਆ, ਉਹੀ ਪਾਣੀ ਲਾ ਕੇ ਦੇਖਣਾ ਸੀ। ਇਹਦੇ ਕਰਕੇ ਸਾਨੂੰ ਇਹੀ ਮੰਗ ਆ ਗਈ ਭਗਵੰਤ ਮਾਨ ਸਰਕਾਰ ਤੋਂ ਵੀ ਸਾ ਛੇਤੀ ਤੋਂ ਸਾਡੇ ਸੂਏ ਛੱਡੇ ਜਾਣ, ਪਾਣੀ ਛੱਡਿਆ ਸੂਇਆਂ 'ਚ, ਅਤੇ ਨਹਿਰਾਂ ਭਰੀਆਂ ਹੋਣ, ਅਤੇ ਜਿਹੜਾ ਕਹਿੰਦਾ ਸਾਡਾ ਸੀਵਰੇਜ ਦਾ ਮੇਨ ਮੁੱਦਾ ਗਾ, ਜਿਹੜਾ ਸੀਵਰੇਜ ਦਾ ਪਾਣੀ ਇਹਦੇ ਨਾਲ ਕਿ ਓਵਰਫਲੋਰ ਹੋ ਜਾਂਦਾ, ਉਹ 'ਚ ਸਾਨੂੰ ਇਹਦੇ ਨਾਲ ਕੀ ਆ ਵੀ ਪਹਿਲਾਂ ਮੌੜ 'ਚ ਵੀ ਭਗਵੰਤ ਮਾਨ ਦਾ ਵਿਰੋਧ ਹੋਇਆ, ਅਤੇ ਉਹ ਤਲਵੰਡੀ ਨੇ ਅੱਜ ਤੱਕ ਕੀਤਾ ਨਹੀਂ ਸੀ, ਹੁਣ ਅਸੀਂ ਤਲਵੰਡੀ 'ਚ ਡਟਵਾਂ ਵਿਰੋਧ ਕਰਾਂਗੇ ਜੇ ਨਾ ਇਹਦੇ ਨਾਲ ਕਿ ਸਾਡੇ ਸੀਵਰੇਜ ਦਾ ਪ੍ਰਬੰਧ ਹੋਇਆ, ਅਤੇ ਜਿਹੜੇ ਪੀਣ ਵਾਲੇ ਪਾਣੀ ਆ ਗੰਦੇ ਪਾਣੀ ਆਉਂਦੇ ਸਾਡੇ ਸੀਵਰੇਜ ਦੇ ਘਰਾਂ 'ਚ ਪੀਣ ਵਾਲੇ, ਕੋਈ ਘਰਾਂ ਦਾ ਟੂਟੀ ਦਾ ਪਾਣੀ ਨਹੀਂ ਪੀਂਦਾ, ਸਾਰਾ ਕੋਈ ਗੁਰਦੁਆਰਿਆਂ ਲਿਆਉਂਦਾ, ਕੋਈ ਆਪਣੇ ਆਪਣੇ ਥਾਣਿਆਂ ਕੋਲ ਹੈਗਾ ਉੱਥੋਂ ਪਾਣੀ ਲੈ ਕੇ ਆਉਂਦਾ ਗਾ, ਬਾਰਡਰ ਬਕਸ ਦਾ, ਟੂਟੀਆਂ ਦਾ ਪਾਣੀ ਕੋਈ ਨਹੀਂ ਪੀਂਦਾ ਸਾਡੇ।